ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਦਿੱਲੀ ਤੋਂ ਨਗਰ ਕੀਰਤਨ ਲੈ ਕੇ ਨਨਕਾਣਾ ਸਾਹਿਬ ਵਿੱਚ ਚੱਲੇ ਪਰਮਜੀਤ ਸਿੰਘ ਸਰਨਾ ਨੂੰ ਅੱਜ ਅਟਾਰੀ ਵਿਖੇ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਨੇ ਪਾਕਿਸਤਾਨ ਜਾਣ ਤੋਂ ਰੋਕ ਦਿੱਤਾ। ਪਰਮਜੀਤ ਸਰਨਾ ਦੇ ਖਿਲਾਫ 2008 ਚ ਦਰਜ ਹੋਏ ਕੇਸ ਦੀ ਕਲੀਅਰੈਂਸ ਨਾ ਹੋਣ ਕਰਕੇ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਨੇ ਸਰਨਾ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦਿੱਤੀ, ਜਿਸ ਕਰਕੇ ਪਰਮਜੀਤ ਸਿੰਘ ਸਰਨਾ ਨੂੰ ਬੇਰੰਗ ਹੀ ਅਟਾਰੀ ਤੋਂ ਵਾਪਸ ਪਰਤਣਾ ਪਿਆ। ਇਸ ਤੋਂ ਬਾਅਦ ਪਰਮਜੀਤ ਸਿੰਘ ਸਰਨਾ ਨੇ ਕਾਫੀ ਤਲਖੀ ਭਰੇ ਅੰਦਾਜ਼ ਵਿੱਚ ਬਾਦਲਾਂ ਖਿਲਾਫ ਰੱਜ ਕੇ ਭੜਾਸ ਕੱਢੀ ਹੈ। ਦੇਖੋ, ਅੱਜ ਤਕਰੀਬਨ ਸਭ ਤੋਂ ਪਹਿਲੀ ਗੱਲ ਤਾਂ ਹੈਗੀ ਕਿ ਸਾਡੇ ਕੋਲ ਲਿਸਟਾਂ ਜਿਹੜੀਆਂ ਗਈਆਂ ਸਨ ਪਾਕਿਸਤਾਨ ਦੇ ਵਾਸਤੇ, ਸਾਡੇ ਕੋਲ 4 ਏਜੰਸੀਆਂ ਨੇ ਲਿਸਟਾਂ ਮੰਗੀਆਂ ਸਨ, CID, ਲੋਕਲ ਇੰਟੈਲੀਜੈਂਸ ਔਰ IB। ਨਗਰ ਕੀਰਤਨ ਤੋਂ ਇੱਕ ਦਿਨ ਪਹਿਲੇ IB ਦੇ ਬੰਦੇ ਨੇ ਇਹ ਮੈਨੂੰ ਗੱਲ ਕਹੀ ਕਿ ਤੁਹਾਡੀਆਂ ਜਿਤਨੀਆਂ ਵੀ ਲਿਸਟਾਂ 'ਚ ਬੰਦੇ ਹੈਗੇ ਸਾਰੇ ਦੇ ਸਾਰੇ ਕਲੀਅਰ ਹੈਗੇ, ਕਿਸੇ ਦੇ ਉੱਪਰ ਕੋਈ ਨਹੀਂ, ਅਸੀਂ ਸਾਰੇ ਕਲੀਅਰ ਕਰਕੇ ਭੇਜਦੇ। ਔਰ ਮੈਂ ਸਮਝਦਾ ਹਾਂ ਕਿ ਇੱਕ ਹਫ਼ਤਾ ਪਹਿਲੇ ਕਿਸੇ ਜਗ੍ਹਾ 'ਤੇ ਸਰਸਾ ਅਤੇ ਝੰਡੋਕ ਗੱਲ ਕਰ ਰਹੇ ਸਨ ਕਿ ਜੋ ਮਰਜ਼ੀ ਹੋ ਜਾਏ ਅਸੀਂ ਇਹਨਾਂ ਭਰਾਵਾਂ ਨੂੰ ਪਾਕਿਸਤਾਨ ਜਾਣ ਨਹੀਂ ਦਿਆਂਗੇ, ਨਗਰ ਕੀਰਤਨ ਨਹੀਂ ਕੱਢਣ ਦਿਆਂਗੇ। ਉਸ ਕੋਲ ਨਗਰ ਕੀਰਤਨ ਸੀ ਨਿਕਲਿਆ ਔਰ ਦੁਨੀਆ ਜਾਣਦੀਆਂ ਅਫਵਾਹਾਂ ਫੈਲਾ ਰਹੇ ਸਨ। ਅਸੀਂ ਨੂੰ ਪਰਮਿਸ਼ਨ ਅੱਜ ਤੋਂ ਇੱਕ ਹਫ਼ਤਾ ਪਹਿਲੇ ਪਾਲਕੀ ਦੀ ਜਿਹੜੀ ਸੀ ਉਹ ਮਿਲ ਗਈ ਸੀ। ਔਨ ਟੈਕਨੀਕਲ ਗਰਾਊਂਡਸ ਇਹਨਾਂ ਨੇ ਬੱਸ ਨਹੀਂ ਜਾਣ ਦਿੱਤੀ। ਰੂਬੀ ਨੇ ਮੈਨੂੰ ਕੰਨ 'ਚ ਪਾਈ ਕਿ ਤੁਹਾਨੂੰ ਉਹਨੇ ਜਾਣ ਦੇਣਾ, ਉਹ ਫੈਸਲਾ ਹੋ ਗਿਆ। ਮੈਂ ਮਜ਼ਾਕ ਪੁੱਛਿਆ, ਤੈਨੂੰ ਬਾਦਲਾਂ ਨੇ ਸੁਣਿਆ ਦਿੱਤਾ, ਵਸ ਪਿਆ। ਖੈਰ ਅਸੀਂ ਅਫਸਰ ਕੋਲ ਗਏ, ਅਫਸਰ ਨੇ ਕਿਹਾ ਜੀ ਮੈਂ 2 ਘੰਟੇ ਦਾ ਮਗਰ ਪੱਚੀ ਕਰ ਰਿਹਾ, ਮੇਰੇ ਦਿਲ ਵਿੱਚ ਤੁਹਾਡੇ ਪ੍ਰਤੀ ਬੜਾ ਸਤਿਕਾਰ ਹੈ। ਔਰ ਰੀਅਲੀ ਉਹ ਅਫਸਰ ਜਿਹੜਾ ਬਹੁਤ ਵਧੀਆ, ਉਸਨੇ ਮੈਨੂੰ ਇਹ ਵਰਕਾਸ ਪੜ੍ਹਾ ਤਾ। ਹੈਲੋ, ਇਹ ਵਰਕਾਸ ਪੜ੍ਹਾ ਤਾ। ਮੈਂ ਉਹਨੂੰ ਕਿਹਾ ਬਈ ਜਿਹੜਾ ਤੂੰ ਪ੍ਰਿੰਟ ਆਊਟ ਕੱਢ ਕੇ ਮੈਨੂੰ ਦਿੰਦਾ ਪਿਆ, ਮੈਂ ਪ੍ਰਿੰਟ ਆਊਟ ਕੱਢ ਦੇ। ਕਹਿੰਦਾ ਨਹੀਂ ਦੇ ਸਕਦਾ। ਪਰ ਮੈਂ 2 ਘੰਟੇ ਦਾ ਦਿੱਲੀ ਗੱਲਬਾਤ ਕਰ ਰਿਹਾ, ਬਈ ਤੁਸੀਂ ਸਾਡੇ ਕੋਲ ਗਲਤ ਕੰਮ ਕਰਾ ਰਹੇ ਹੋ। ਆਈ ਨੋ ਹਿਮ ਫਾਰ ਦਾ ਲਾਂਗ ਟਾਈਮ, ਹੀ ਇਜ਼ ਨਾਟ ਏ ਸੱਚ ਟਾਈਪ ਆਫ ਪਰਸਨ। ਕਹਿੰਦਾ 2 ਘੰਟੇ ਬਾਅਦ ਮੈਂ ਹੁਣ ਤੁਹਾਨੂੰ ਕਹਿ ਰਿਹਾ। ਮੈਂ ਕਿਹਾ ਉਹ ਸ਼ਾਇਦ ਤੁਹਾਡੇ ਬੰਦੇ ਹੀ ਨਹੀਂ ਮੈਨੂੰ ਆਈ ਹੈ ਵੀ ਮੈਨੂੰ ਸਿੱਧਾ। ਕਹਿੰਦਾ ਮੈਂ ਕਹਿਣ ਦੇ ਮਨ ਸ਼ਰਮ ਆ ਰਹੀ ਸੀ ਵੀ ਕਿਹੜੇ ਮੂੰਹ ਨਾਲ ਤੁਹਾਨੂੰ ਕਹਾਂ। ਮੇਰਾ ਕੰਮ ਉਸ ਕਾਲ ਪ੍ਰਤੀ ਬਖਸ਼ਿਸ਼ ਨਾਲ ਅਮਰੀਕਾ, ਯੂਰਪ ਇਹ ਦੇਖਦਾ, ਮਿਡਲ ਈਸਟ ਸਾਰਾ ਛੋਟਾ ਲੜਕਾ ਭਤੀਜਾ ਦੇਖਦਾ। ਕੋਈ ਨਾਂ ਨਹੀਂ ਲੈ ਸਕਦਾ ਇਹਨਾਂ ਦੇ, ਸੌ ਨਹੀਂ ਖਾਣਗੇ। ਅਤੇ ਉਹਨਾਂ ਦੇ ਤੁਸੀਂ ਇਹ ਦੋਸ਼ ਲਾ ਕੇ ਤੁਸੀਂ ਮੈਨੂੰ ਨਹੀਂ ਕਹਿ ਦਿਓ ਬਈ ਤੂੰ ਤਾਂ ਨਾ ਕਿ ਬੜਾ ਪਾਕਿਸਤਾਨ ਦਾ ਬਣਦਾ ਹੈ, ਤਨ ਜਾਣ ਤੂੰ ਨਾ ਜਾ। ਦੇ ਦਿੰਦੇ ਚਿੱਠੀ ਲਿਖ ਕੇ ਬਈ ਵੀ ਡੋਂਟ ਵਾਂਟ ਦੈਟ ਯੂ ਸ਼ੁੱਡ ਗੋ। ਮੈਂ ਨਹੀਂ ਜਾਂਦਾ। ਪਰ 550 ਪ੍ਰਕਾਸ਼ ਉਸ ਦੇ ਮੌਕੇ ਦੇ ਉੱਤੇ
ਅਸੀਂ 400 ਬੰਦਾ ਪਿਛਲੇ ਮਹੀਨੇ ਭੇਜਿਆ ਹੈ, ਅੱਜ 1200 ਬੰਦਾ ਕੋ ਤੁਸੀਂ ਤਾਂ ਪਾਸਪੋਰਟ ਮੰਗਦੇ ਰਹੋ 4 ਮਹੀਨੇ, 272 ਪਾਸਪੋਰਟ ਇਕੱਠੇ ਹੋਏ ਤੁਹਾਡੇ ਕੋਲ। ਅੱਜ ਮੈਂ ਕਹਿ ਸਕਦਾ ਇਹ ਗੱਲ, ਮੈਂ ਜਥੇਦਾਰ ਦੇ ਫੈਸਲੇ ਦੀ ਬਹੁਤ ਭਰਪੂਰ ਸ਼ਲਾਘਾ ਕੀਤੀ ਹੈ, ਪਰ ਇਸ ਫੈਸਲੇ ਤੋਂ ਬਾਅਦ ਜਥੇਦਾਰ ਸਾਹਿਬ ਨੂੰ ਬੁਲਾਉਣਾ ਪਏਗਾ ਬਾਦਲ ਦਲੀਆਂ ਨੂੰ ਕਿ ਦੱਸੋ ਤੁਸੀਂ ਇਸ ਨਗਰ ਕੀਰਤਨ ਨੂੰ ਰੋਕਣ ਦੇ ਲਈ ਔਰ ਮੈਨੂੰ ਜਾਣ ਤੋਂ ਰੋਕਣ ਦੇ ਲਈ ਜਿਹੜੇ ਹੱਥਕੰਡੇ ਬਣਾਏ ਸਾਡੇ ਸਾਹਮਣੇ ਪੇਸ਼ ਹੋ ਗੱਲ ਕਰ। ਇਹਨਾਂ ਨੇ ਕਿਉਂ ਨਹੀਂ ਨਗਰ ਕੀਰਤਨ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਬਾਦਲ ਦਲ ਦਾ ਸਵਾਏ ਸ਼੍ਰੋਮਣੀ ਕਮੇਟੀ ਦੇ ਵਿੱਚ ਦੋ ਬੰਦਿਆਂ ਨੇ ਸਹਿਯੋਗ ਦਿੱਤਾ, ਰੂਪ ਸਿੰਘ ਅਤੇ ਰੂਬੀ ਨੇ, ਬਾਕੀ ਕੋਈ ਨੇੜੇ ਨਹੀਂ ਲੱਗਾ। ਵਾਹਗਾ ਉੱਥੋਂ ਸ਼ੰਭੂ ਬਾਰਡਰ ਤੋਂ ਲੈ ਕੇ ਇੱਥੇ ਤੱਕ ਮੈਨੂੰ ਇੱਕ ਬਾਦਲ ਦਲ ਦਾ ਬੰਦਾ ਦੱਸ ਦਿਓ, MLA ਦੱਸ ਦਿਓ ਜਿਹੜਾ ਇਸ ਨਗਰ ਕੀਰਤਨ 'ਚ ਮੱਥਾ ਟੇਕਣ ਆਇਆ ਹੋਵੇ, ਇੱਕ ਸਿੰਗਲ ਮੈਨ। ਸਰ ਤੁਹਾਨੂੰ ਸਕੇਪ ਗੋਟ